ਜਾਨਵਰ ਐਫਓ ਜੀ ਵੀ ਆਨੇ ਸਾਡੇ ਕੋ ਜਿਹੜੇ 1 ਦਿਨ ਦੀ 16 18 ਅਪ੍ਰੈਲ ਵੀ ਆਇਆ ਸਟਾਰਟਿੰਗ ਤੋਂ ਕੋਈ ਵੀ ਕੰਮ ਹੈ ਜਿਹੜਾ ਕੋਈ ਵੀ ਬਿਜ਼ਨਸ ਹੈ ਸਟਾਰਟਿੰਗ ਤੋਂ ਉਹਦੇ ਚ ਮੁਸ਼ਕਿਲਾਂ ਜਿਹੜੀਆਂ ਨੇ ਉਹ ਪੇਸ਼ ਆਉਂਦੀਆਂ ਨੇ ਲੇਕਿਨ ਆਸਤਾ ਆਸਤਾ ਟਾਈਮ ਦੇ ਨਾਲ ਨਾਲ ਜਿਹੜਾ ਮੁਸ਼ਕਿਲਾਂ ਜਿਹੜੀਆਂ ਨਵਲ ਹੋ ਜਾਂਦੀਆਂ ਨੇ ਸਰ ਬਿਮਾਰੀਆਂ ਤੇ ਕਾਫੀ ਸਾਰੀਆਂ ਨੇ ਲੇਕਿਨ ਸ਼ੁਕਰ ਹੈ ਅੱਲਾ ਦਾ ਕਿ ਕੋਈ ਐਸੀ ਬਿਮਾਰੀ ਨਹੀਂ ਆਈ ਕਿਉਂਕਿ ਅਸੀਂ 6 ਮਹੀਨੇ ਬਾਅਦ ਸਾਰੇ ਜਾਨਵਰਾਂ ਨੂੰ ਵੈਕਸੀਨ ਕਰਨੇ ਆ ਸਰ ਬਹੁਤ ਅੱਛੀ ਫੀਲ ਹੈ ਲੇਕਿਨ ਥੋੜੀ ਜੀ ਬਰਦਾਸ਼ਤ ਹੈ ਜਿਹੜੀ ਉਹ ਜ਼ਰੂਰੀ ਹੈ ਇਸ ਫੀਲਡ ਦੇ ਵਿੱਚ ਉਹ ਸਲਾਹ ਬਰਦਾਸ਼ਤ ਹੈ ਜਿਹੜਾ ਉਹ ਬਹੁਤ ਜ਼ਰੂਰੀ ਹੈ ਇਸ ਫੀਲਡ ਦੇ ਵਿੱਚ ਕਿਉਂਕਿ ਕਾਫੀ ਟਫ ਟਾਈਮ ਹੈ ਜਿਹੜਾ ਉਹ ਵੀ ਦੇਖਣੇ ਵਾਸਤੇ ਆਉਂਦਾ ਹੈ ਸਾਡੇ ਕੋਲ ਜਿਹੜੀ ਸਭ ਤੋਂ ਅੱਛੇ ਮਾਝ ਦਾ ਜਿਹੜਾ ਦੁੱਧ ਦੇ ਰਹੀ ਹੈ ਉਹ ਤਕਰੀਬਨ 18 ਲੀਟਰ ਤੱਕ 17 ਲੀਟਰ ਤੱਕ ਦੁੱਧ ਦੇ ਰਹੀ ਹੈ ਤੇ ਬਾਕੀ ਦੂਸਰਾ ਇਹ ਹੈ ਕਿ ਅਗਰ ਉਹਨਾਂ ਕੋਲੇ ਨਹੀਂ ਹੈ ਜ਼ਮੀਨ ਤੇ ਫਿਰ ਉਹ ਪੋਏ ਜਿਹੜਾ ਉਹ ਯੂਜ਼ ਕਰ ਲੈਣ ਉਹ ਵੀ ਬੈਸਟ ਹੈ ਅੱਛਾ ਸਰ ਉਹ ਤੇ ਫੀਡ ਹੈ ਜਿਹੜੀ ਉਹ ਜਿਹੜੇ ਸਬਜ਼ ਪੱਠੇ ਨੇ ਹਰੇ ਪੱਠੇ ਨੇ ਇਹ ਨਾ ਪਾਣ ਤੇ ਫੇਰ ਵੀ ਠੀਕ ਹੈ ਖੁਦ ਬਾਹਰ ਰਹਿ ਕੇ ਆਇਆ ਮੈਂ ਦੇਖਿਆ ਕਿ ਬਹੁਤ ਹਾਰਡ ਵਰਕ ਹੈ ਜਿਹੜਾ ਅਸੀਂ ਕਰਨੇ ਆ ਦੂਸਰੇ ਮੁਲਕਾਂ ਚ ਜਾ ਕੇ ਲੇਕਿਨ ਆਪਣੇ ਮੁਲਕ ਵਿੱਚ ਰਹਿ ਕੇ ਤੇ ਅਸੀਂ ਹਾਰਡ ਵਰਕ ਹੈ ਜਿਹੜਾ ਉਹ ਕਰਨਾ ਪਸੰਦ ਨਹੀਂ ਕਰਦੇ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਜੀ ਸਰ ਆਪਣਾ ਵੀ ਆਪਣੇ ਇਲਾਕੇ ਦਾ ਤਾਰਫ ਕਰਵਾ ਦਿਓ ਸਰ ਮੇਰਾ ਨਾਮ ਮੋਹਸਨ ਸ਼ਬੀਰ ਹੈ ਤੇ ਆਪਣਾ ਇਲਾਕਾ ਜਿਹੜਾ ਖਾਰੀਆਂ ਗੁਜਰਾਤ ਹੈ ਪਿੰਡ ਸਾਡਾ ਡੱਲਾ ਹੈ ਜੀ ਠੀਕ ਅੱਛਾ ਸਰ ਤੁਸੀਂ ਮਾਸ਼ਾਅੱਲਾ ਮੈਂ ਦੇਖ ਰਿਹਾ ਕਿ ਕਾਫੀ ਜਾਨਵਰ ਰੱਖੇ ਹਨ ਇਸ ਟਾਈਮ ਤੁਹਾਡੇ ਡੇਰੇ ਦੇ ਕਿੰਨੇ ਜਾਨਵਰ ਮੌਜੂਦ ਹਨ ਸਰ ਛੋਟੇ ਵੱਡੇ ਨੇ ਜਾਨਵਰ ਸਾਰੇ ਇਹ ਟੋਟਲ ਨੇ ਜਿਹੜੇ ਤਕਰੀਬਨ 45 ਜਾਨਵਰ ਬਣਦੇ ਨੇ ਜਿਨ੍ਹਾਂ ਵਿੱਚ ਤਕਰੀਬਨ 22 ਤੋਂ 24 ਡੰਗਰ ਨੇ ਜਿਹੜੇ ਵੱਡੇ ਨੇ ਬਾਕੀ ਛੋਟੇ ਨੇ ਅੱਛਾ ਸਰ ਤੇ ਇਨ੍ਹਾਂ ਚ ਦੁੱਧ ਦੇਣ ਵਾਲੇ ਜਾਨਵਰ ਤੁਹਾਡੇ ਕੋਲ ਇਸ ਟਾਈਮ ਕਿੰਨੇ ਮੌਜੂਦ ਹਨ ਸਰ ਦੁੱਧ ਦੇਣਾਰੇ ਜਾਨਵਰ ਨੇ ਜਿਹੜੇ ਤਕਰੀਬਨ 15 ਨੇ ਸਾਡੇ ਕੋਲੇ ਜਿਹੜੇ ਇਸ ਟਾਈਮ ਤੇ ਦੁੱਧ ਦੇ ਰਹੇ ਨੇ ਬਾਕੀ ਦੂਸਰੇ ਜਾਨਵਰ ਨੇ ਜਿਹੜੇ ਕੁਈ ਸੋਨਾ ਲੈਣੇ ਜਾਨਵਰ ਕੁਈ ਨਹੀਂ ਜੜਿਓ ਪਛੜਨੇ ਅੱਛਾ ਸਰ ਐਸ ਟਾਈਮ ਚੜ੍ਹ ਕੋਲ ਯਰੇ ਜਾਨਵਰ ਦੁੱਧ ਦੇਣੇ ਵਾਲੇ ਦਾ ਇੱਕ ਜਾਨਵਰ ਐਵਰੇਜ ਕਿ ਦੁੱਧ ਦੇ ਰਿਹਾ ਇੱਕ ਦਿਨ ਦਾ ਇੱਕ ਦਿਨ ਦੀ ਐਵਰੇਜ ਹੈ ਤਕਰੀਬਨ ਸਾਰਿਆਂ ਦੀ ਟੋਟਲ ਐਵਰੇਜ ਹੈ ਜਿਹੜੀ 8 ਕਿਲੋਲਟਰ ਬਣਦੀ ਪਈ ਇੱਕ ਦੀ ਬਾਕੀ ਕੋਈ ਜਾਨਵਰ ਐਫਰ ਜੇ ਵੀ ਆਨੇ ਸਾਡੇ ਕੋ ਜਿਹੜੇ ਇੱਕ ਦਿਨ ਦੀ 16 18 ਐਵਰੇਜ ਵੀ ਆਇਆ ਅੱਛਾ ਸਰ ਤੇ ਇੱਕ ਦਿਨ ਦਾ ਦੁੱਧ ਅੰਦਾਜ਼ਨ ਕਿਤਨਾ ਹੋ ਜਾਂਦਾ ਸਾਡੇ ਕੋ ਤਕਰੀਬਨ 3 ਤੋਂ 3.5 ਮੰਨ ਲੀਂ 3 ਤੋਂ 3.5 ਮੰਨ ਲੀਂ ਠੀਕ ਤੇ ਸਰ ਇੱਥੇ ਰੇਟ ਕਿ ਚੱਲ ਰਿਹਾ ਦੁੱਧ ਦਾ ਦੁੱਧ ਦਾ ਰੇਟ ਚੱਲ ਰਿਹਾ ਜੇ ਇੱਥੇ ਪਿੰਡ ਦੇ ਵਿੱਚ 100 ਰੁਪਏ 100 ਰੁਪਏ ਜੀ ਹਾਂ ਜਾਨਵਰਾਂ ਵਾਸਤੇ ਕਿੰਨੀ ਲੇਬਰ ਰੱਖੀ ਹੈ ਇਹ ਲੇਬਰ ਸਰ ਸਾਡੇ ਕੋਲ 3 ਬੰਦੇ ਨੇ ਮੁਲਾਜ਼ਮ ਨੇ ਜਿਹੜੇ ਇੱਥੇ ਕੰਮ ਕਰਦੇ ਨੇ ਬਾਕੀ ਥੋੜੀ ਬਹੁਤ ਹੈਲਪ ਹੈ ਜਿਹੜੀ ਉਹਨਾਂ ਦੀ ਅਸੀਆਬ ਕਰਨੇ ਸਹੀ ਅੱਛਾ ਸਰ ਮੈਂ ਤੁਹਾਡੇ ਕੋਲ ਅਗਰ ਪੁੱਛਾਂ ਕਿ 3 ਮੁਲਾਜ਼ਮ ਤੁਸੀਂ ਰੱਖੇ ਹੈ ਨਾ ਜੀ ਉਹਨਾਂ ਦਾ ਤਨਖਾਹ ਦਾ ਖਰਚਾ ਕੱਢ ਕੇ ਚਾਰੇ ਦਾ ਖਰਚਾ ਸਾਰਾ ਕੱਢ ਕੇ ਟੋਟਲ ਤੁਸੀਂ 1 ਮਹੀਨੇ ਦੀ ਐਵਰੇਜ ਕਿੰਨੀ ਕੱਢਦੇ ਹੋ ਸਰ ਤਕਰੀਬਨ ਲੱਖ ਇੱਕ ਆਰਾਊਂਡ ਇੱਥੇ ਚ ਲੱਖ ਦੇ ਇੱਕ ਆਰਾਊਂਡ ਅੱਗੇ ਪਿੱਛੇ ਇਤਨੀ ਕਿ ਬਚਤ ਹੈ ਅੱਛਾ ਸਰ ਇਸ ਦੇ ਵਾਸਤੇ ਤੁਹਾਡਾ ਰਕਬਾ ਜ਼ਮੀਨ ਦਾ ਆਪਣਾ ਹੈ ਜਾਂ ਤੁਸੀਂ ਠੇਕੇ ਤੇ ਲਏ ਹੈ ਕੁਝ ਆਪਣਾ ਹੈ ਸਾਡਾ ਤੇ ਕੋਈ ਹੈ ਜਿਹੜਾ ਸਾਡੇ ਕੋਲ ਜਿਹੜੀ ਜ਼ਰੂਰਤ ਦੇ ਮੁਤਾਬਿਕ ਕੋਈ ਠੇਕੇ ਤੇ ਵੀ ਹੈ ਅੱਛਾ ਠੀਕ ਹੋ ਗਿਆ ਸਰ ਅੱਛਾ ਸਰ ਤੁਸੀਂ ਕਿਤਨੇ ਅਰਸੇ ਤੋਂ ਇਹ ਕੰਮ ਕਰ ਰਹੇ ਹੋ ਡੇਰੀ ਦਾ ਸਰ ਤਕਰੀਬਨ 5 ਕੁ ਸਾਲ ਹੋ ਗਏ 5 ਕੇ ਸਾਲ ਅੱਛਾ 5 ਸਾਲ ਦੇ ਅੰਦਰ ਤੁਹਾਨੂੰ ਕੋਈ ਮੁਸ਼ਕਿਲਾਂ ਇਸ ਦੇ ਵਿੱਚ ਪੇਸ਼ ਆਈ ਹੋਣ ਸਟਾਰਟਿੰਗ ਤੋਂ ਕੋਈ ਵੀ ਕੰਮ ਹੈ ਜਿਹੜਾ ਕੋਈ ਵੀ ਬਿਜ਼ਨਸ ਹੈ ਸਟਾਰਟਿੰਗ ਤੋਂ ਉਹਦੇ ਵਿੱਚ ਮੁਸ਼ਕਿਲਾਂ ਜਿਹੜੀਆਂ ਨੇ ਪੇਸ਼ ਆਉਂਦੀਆਂ ਨੇ ਲੇਕਿਨ ਆਸਤਾ ਆਸਤਾ ਟਾਈਮ ਦੇ ਨਾਲ ਨਾਲ ਜਿਹੜਾ ਮੁਸ਼ਕਿਲਾਂ ਜਿਹੜੀਆਂ ਨਵਾਂ ਲੋ ਜਾਂਦੀਆਂ ਨੇ ਇਹਨਾਂ 5 ਸਾਲਾਂ ਦੇ ਅੰਦਰ ਅੰਦਰ ਬਿਮਾਰੀ ਦੀ ਕੋਈ ਮੁਸ਼ਕਿਲਾਂ ਪੇਸ਼ ਆਈ ਹੋਵੇ ਸਰ ਬਿਮਾਰੀਆਂ ਤੇ ਕਾਫੀ ਸਾਰੀਆਂ ਨੇ ਲੇਕਿਨ ਸ਼ੁਕਰ ਹੈ ਅੱਲਾ ਦਾ ਕਿ ਕੋਈ ਐਸੀ ਬਿਮਾਰੀ ਨਹੀਂ ਆਈ ਕਿਉਂਕਿ ਐਸੀ ਆਰ 6 ਮਹੀਨੇ ਬਾਅਦ ਸਾਰੇ ਜਾਨਵਰਾਂ ਨੂੰ ਵੈਕਸੀਨ ਕਰਨੇ ਆ ਅੱਛਾ ਸਾਰੇ ਇਹਨਾਂ ਨੂੰ ਕੋਈ ਮੇਨ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਦੇ ਬਾਰੇ ਵਿੱਚ ਥੋੜਾ ਜਿਹਾ ਸਾਡੇ ਜਿਹੜੇ ਦੇਖਣ ਵਾਲੇ ਨੇ ਉਹਨਾਂ ਨੂੰ ਦੱਸ ਦਿਓ ਕਿ ਇਹਨਾਂ ਨੂੰ ਕਿਹੜੀ ਕਿਹੜੀ ਬਿਮਾਰੀ ਲੱਗਦੀ ਹੈ ਸਰ ਜ਼ਿਆਦਾਤਰ ਜਿਹੜੀ ਬਿਮਾਰੀ ਹੈ ਗਲਗੋਟੂ ਦੀ ਹੁੰਦੀ ਹੈ ਛੋਟੇ ਵੱਡੇ ਜਾਨਵਰਾਂ ਦੀ ਅੱਜ ਕੱਲ੍ਹ ਹੈ ਜਿਹੜੀ ਸਰਦੀ ਦੇ ਵਿੱਚ ਬੁਖਾਰ ਦੀ ਹੁੰਦੀ ਹੈ ਫਿਰ ਗਰਦਨ ਤੋੜਦੀ ਹੁੰਦੀ ਹੈ ਉਹ ਜਿਹੜੀ ਉਹ ਛੋਟੇ ਜਾਨਵਰਾਂ ਵਾਸਤੇ ਹੁੰਦੀ ਏ ਸਹੀ ਉਹਦੇ ਨਾਲ ਵੀ ਸਾਡੇ ਤਕਰੀਬਨ 3 ਤੋਂ 4 ਜਿਹੜੇ ਬੱਚੇ ਨੇ ਜਾਨਵਰ ਇਹਨਾਂ ਦੇ ਜਾਨਵਰਾਂ ਦੇ ਉਹ ਜ਼ਾਇਆ ਹੋਏ ਨੇ ਇਸੇ وجہ ਤੋਂ ਤੇ ਇਸ ਤੋਂ ਇਲਾਵਾ ਜਿਹੜੇ ਜਾਨਵਰ ਕੋਈ ਸੂਨ ਵਾਲੇ ਹੁੰਦੇ ਨੇ ਉਹਨਾਂ ਨੂੰ ਇਹ ਪਿੱਛੇ ਦੀ ਬਿਮਾਰੀ ਹੁੰਦੀ ਏ ਸਿਰੀਆਂ ਕੋਈ ਮੁਸ਼ਕਿਲਾਂ ਹੁੰਦੀਆਂ ਨੇ ਅੱਛਾ ਤੇ ਬਾਕੀ ਅੱਲਾ ਦਾ ਸ਼ੁਕਰ ਹੈ ਕੋਈ ਐਸੀ ਅੱਛਾ ਸਰ ਜਿਹੜੀਆਂ ਬਿਮਾਰੀਆਂ ਤੁਸੀਂ ਦੱਸਿਆ ਨਾ ਇਹਨਾਂ ਦਾ ਖੁਦ ਦੇਸੀ ਇਲਾਜ ਕਰਦੇ ਹੋ ਜਾਂ ਡਾਕਟਰ ਦੇ ਨਹੀਂ ਸਰ ਇਹ ਡਾਕਟਰ ਦੇ reference ਨਾਲ ਹੀ ਜੀ ਜਿਹੜੀਆਂ ਕੋਈ ਉਹ ਮੈਡੀਸਨ ਦੱਸਦੇ ਨੇ ਉਹ ਅਸੀਂ ਲਿਆ ਕੇ ਘਰ ਰੱਖੀ ਹੁੰਦੀਆਂ ਨੇ ਸਰ ਇਹਨਾਂ ਵਿੱਚ ਕੋਈ ਐਸੀ ਬਿਮਾਰੀ ਹੋਵੇ ਜਿੰਦਾ ਤੁਸੀਂ ਦੇਸੀ ਇਲਾਜ ਕੀ ਕਰਦੇ ਹੋ ਉਹ ਆ ਸਰ ਜਿਹੜੀ ਆ ਪਿੱਛੇ ਦੀ ਬਿਮਾਰੀ ਹੈ ਇਹਦਾ ਕੋ ਦੇਸੀ ਲਾਚ ਹੁੰਦਾ ਹੈ ਕੋਈ ਗੂੜੇ ਜਿਹੜਾ ਇਹ ਤੇ ਕੋਈ ਦੋ ਤਿੰਨ ਹੋਰ ਨੇ ਚੀਜ਼ਾਂ ਐਸੀਆਂ ਆ अच्छा कूदना है जेड़ा वो कुट के ते कोई उदे च गुड मिक्स करके ते इस तरह कोई है ने देसी नुस्खे भी जेड़े डॉक्टर ਦੱਸਦੇ ਨੇ ਲੇਕਿਨ ਰੈਫਰੈਂਸ ਡਾਕਟਰ ਦੇ ਨਾਲ ਹੀ ਅਸੀਂ ਜੋ ਵੀ ਕਰਨੇ ਆ। اچھا اچھا ਠੀਕ ਹੋ ਗਿਆ। اچھا ਸਰ ਜਿਹੜੇ ਨਵੇਂ ਫਾਰਮਰ ਇਹ ਕੰਮ ਸ਼ੁਰੂ ਕਰਨਾ ਚਾਹੁੰਦੇ ਨੇ ਮਾਸ਼ਾਅੱਲਾ ਤੁਸੀਂ ਮੈਂ ਦੇਖਿਆ ਕਿ ਨੌਜਵਾਨ ਫਾਰਮਰ ਹੋ। ਜੀ ਇਸ ਫੀਲਡ ਦੇ ਵਿੱਚ ਅਗਰ ਕੋਈ ਨਵਾਂ ਬੰਦਾ ਆਉਣਾ ਚਾਹੁੰਦਾ ਹੈ ਤੇ ਉਹਨੂੰ ਕੀ مشورہ ਤੁਸੀਂ ਦਿਓਗੇ? ਸਰ ਬਹੁਤ اچھی ਫੀਲਡ ਹੈ ਲੇਕਿਨ ਥੋੜੀ ਜੀ برداشت ਹੈ ਜਿਹੜੀ ਉਹ ਜ਼ਰੂਰੀ ਹੈ ਇਸ ਫੀਲਡ ਦੇ ਵਿੱਚ। ਹੌਸਲਾ ਬਰਦਾਸ਼ਤ ਹੈ ਜਿਹੜਾ ਉਹ ਬਹੁਤ ਜ਼ਰੂਰੀ ਹੈ ਇਸ ਫੀਲਡ ਦੇ ਵਿੱਚ ਕਿਉਂਕਿ ਕਾਫੀ ਟਫ ਟਾਈਮ ਹੈ ਜਿਹੜਾ ਉਹ ਵੀ ਦੇਖਣੇ ਵਾਸਤੇ ਆਉਂਦਾ ਹੈ ਠੀਕ ਕੋਈ ਵੀ ਕੰਮ ਹੈ ਜਿਹੜਾ ਅੱਛਾ ਕੰਮ ਕੋਈ ਵੀ ਹੈ ਉਹਦੇ ਵਿੱਚ ਅੱਛੇ ਹਾਲਾਤ ਬੁਰੇ ਹਾਲਾਤ ਨੇ ਜਿਹੜੇ ਉਹ ਆਉਂਦੇ ਰਹਿੰਦੇ ਨੇ ਟਫ ਟਾਈਮ ਵੀ ਕਦੇ ਆ ਜਾਂਦਾ ਕਦੇ ਅੱਛਾ ਟਾਈਮ ਵੀ ਆ ਜਾਂਦਾ ਹੈ ਸਹੀ ਹੈ ਲੇਕਿਨ ਇਹ ਹੈ ਕਿ ਬਰਦਾਸ਼ਤ ਹੈ ਜਿਹੜੀ ਉਹ ਇਸ ਫੀਲਡ ਦੇ ਵਿੱਚ ਜ਼ਰੂਰੀ ਹੈ ਕਿਉਂਕਿ ਕੰਮ ਹੈ ਜਿਹੜਾ ਕਾਫੀ ਹਾਰਡ ਵਰਕ ਹੈ ਇਸ ਵਜ੍ਹਾ ਤੋਂ ਅੱਛਾ ਸਰ ਇਸ ਟਾਈਮ ਤੁਹਾਡੇ ਕੋਲ ਜਿਹੜੇ ਜਾਨਵਰ ਇਸ ਟਾਈਮ ਡੇਰੇ ਤੇ ਮੌਜੂਦ ਨੇ ਇਹ ਕਿਸ ਨਸਲ ਦੇ ਨੇ ਸਾਰੇ ਜ਼ਿਆਦਾਤਰ ਮਰਜਾਂ ਨੇ ਜੜੀਆਂ ਇਹ ਰਾਵੀ ਨਸਲ ਦੀਆਂ ਜੇ ਅੱਛਾ ਤੇ ਇਹ ਹੀ ਅੱਛੀਆਂ ਜੇ ਸਾਡੇ ਕੋਲੇ ਤੇ ਇਹ ਹੀ ਨੇ ਅੱਛਾ ਸਰ ਜਿਹੜੀ ਤੁਸੀਂ ਕਹਿ ਰਹੇ ਹੋ ਰਾਵੀ ਨਸਲ ਦੀਆਂ ਮੌਜੂਦ ਨੇ ਇਹਨਾਂ ਦੀ ਕੀ ਨਿਸ਼ਾਨੀ ਹੈ ਥੋੜੀ ਜੀ ਨਿਸ਼ਾਨੀਆਂ ਦੱਸ ਦਿਓ ਸਰ ਨਿਸ਼ਾਨੀਆਂ ਇਹਨਾਂ ਦੀ ਹੈ ਸਿੰਘ ਨੇ ਜਿਹੜੇ ਇਹਨਾਂ ਤੋਂ ਹੀ ਪਤਾ ਲੱਗਦਾ ਜੇ ਬਾਕੀ ਇਹਨਾਂ ਦੀ ਹਾਈਟ ਹੈ ਜਿਹੜੀ ਉਹਦੇ ਤੋਂ ਹੀ ਸਹੀ ਇਹ ਰਵੀ ਨਸਲ ਇਹ ਜਿਹੜੀ ਹੈ ਇਹ ਸਾਰਿਆਂ ਤੋਂ ਅੱਛੀ ਜੇ ਸਾਡੇ ਕੋਲੇ ਇਹ ਹੀ ਨੇ ਤੇ ਸਾਡੇ ਕੋਲ ਜਿਹੜੀ ਸਭ ਤੋਂ ਅੱਛੇ ਮੱਝ ਹੈ ਜਿਹੜਾ ਦੁੱਧ ਦੇ ਰਹੀ ਹੋ ਤਕਰੀਬਨ 18 ਲੀਟਰ ਤਾ 17 ਲੀਟਰ ਤਾ ਦੁੱਧ ਦੇ ਰਹੀ ਹੈ ਅੱਛਾ ਸਾਰੇ ਅਕਸਰ ਬੰਦੇ ਕਹਿੰਦੇ ਨੇ ਕਿ ਝੋਟੀਆਂ ਦਾ ਸ਼ੌਕ ਕਰ ਲੋ ਜੀ ਜੀ ਲੇਕਿਨ ਅਗਰ ਮੈਂ ਤੁਹਾਡੇ ਕੋਲੇ ਸਵਾਲ ਉਚਾ ਕਿ ਝੋਟੀਆਂ ਜਿਹੜੀਆਂ ਨਾ ਉਹ ਦੁੱਧ ਵਾਸਤੇ ਬੈਸਟ ਨੇ ਜਾਂ ਇੱਕ ਦੋ ਸੁਆ ਜਿਹੜੀ ਮੱਝ ਸੂਹ ਜਾਂਦੀ ਏ ਉਹ ਬੈਸਟ ਹੈ ਦੁੱਧ ਦੇ لحاظ ਨਾਲ ਦੁੱਧ ਦੇ لحاظ ਨਾਲ ਜਿਹੜਾ ਇੱਕ ਦੋ ਸੁਆ ਸੂ ਜਾਂਦੀ ਹੈ ਨਾ ਕੋਈ ਵੀ ਮੱਚ ਹੈ ਉਹ ਬੈਸਟ ਹੁੰਦੀ ਹੈ ਛੋਟੀਆਂ ਨੇ ਜਿਹੜੀਆਂ ਅੱਜ ਕੱਲ ਕਾਫੀ ਫਾਰਮਰ ਐਸੇ ਨੇ ਜਿਹੜੇ ਲੈ ਕੇ ਆਉਂਦੇ ਨੇ ਛੋਟੀਆਂ-ਛੋਟੀਆਂ ਉਹਨਾਂ ਨੂੰ ਕਾਰ ਲਿਆ ਕੇ ਤੇ ਤਿਆਰ ਕਰਦੇ ਨੇ ਲekin ਉਹਦਾ ਇਹ ਹੁੰਦਾ ਕਿ ਉਹ ਕਿਸਮਤ ਹੈ ਤੁਹਾਡੀ ਕਿ ਹੋ ਸਕਦਾ ਹੈ ਕਿ ਉਹ ਪ੍ਰੈਗਨੈਂਟ ਹੋ ਜਾਣ ਹੋ ਸਕਦਾ ਹੈ ਕਿ ਨਾ ਹੋਣ 3-3 4-4 ਸਾਲ ਨਾ ਸਾਡੇ ਕੋਲੇ ਵੀ ਕੋਈ ਜਾਨਵਰ ਐਫਓ ਜੇ ਆਨੇ ਜਿਨ੍ਹਾਂ ਨੂੰ مسلسل 2-3 ਸਾਲ ਹੋ ਗਏ ਨੇ ਉਨੀ ਪ੍ਰੈਗਨੈਂਟ ਹੋ ਰਹੀ ਹੈ ਅੱਛਾ ਸਾਰੇ ਜਿਹੜੇ ਬੰਦੇ ਇੱਕ ਕੰਮ ਸ਼ੁਰੂ ਕਰਨਾ ਚਾਹਦੇ ਉਹਨਾਂ ਕੋਲ ਆਪਣੀ ਜ਼ਮੀਨ ਨਹੀਂ ਹੈ ਜੀ ਉਹਨਾਂ ਵਾਸਤੇ ਤੁਸੀਂ ਕੋਈ ਐਸਾ ਮਸ਼ਵਰਾ ਅਗਰ ਉਹਨਾਂ ਕੋਲ ਆਪਣੀ ਜ਼ਮੀਨ ਨਹੀਂ ਹੈ ਅਗਰ ਤੇ ਉਹਨਾਂ ਨੂੰ ਠੇਕੇ ਤੇ ਮਿਲਦੀ ਹੈ ਜ਼ਮੀਨ ਤੇ ਉਹ ਲੈ ਸਕਦੇ ਨੇ ਕਿਉਂਕਿ ਇਹ ਫੀਲਡ ਐਸੀ ਹੈ ਵਾ ਜਿੰਨਾ ਠੇਕਾ ਵਗੈਰਾ ਹੈ ਉਹ ਸਾਰੀ ਜਿਹੜੇ ਖਰਚਾਤ ਨੇ ਤੇ ਉਹ ਕੱਟਦੇ ਨੇ ਫਿਰ ਉਸ ਤੋਂ ਬਾਅਦ ਆਪਣਾ ਪ੍ਰੋਫਿਟ ਜਿਹੜਾ ਹੋਇਆ ਸਾਡੇ ਕੋਲ ਵੀ ਜ਼ਮੀਨ ਹੈ ਕਾਫੀ ਸਾਰੀ ਹੈ ਜਿਹੜੀ ਉਹ ਠੇਕੇ ਤੇ ਵੀ ਹੈ ਤੇ ਬਾਕੀ ਦੂਸਰਾ ਇਹ ਹੈ ਕਿ ਅਗਰ ਉਹਨਾਂ ਕੋਲੇ ਨਹੀਂ ਹੈ ਜ਼ਮੀਨ ਤੇ ਫਿਰ ਉਹ ਪੋਏ ਜਿਹੜਾ ਉਹ ਯੂਜ਼ ਕਰ ਲੈਣ ਉਹ ਵੀ ਬੈਸਟ ਹੈ। ਅੱਛਾ ਸਰ ਉਹਦੇ ਫੀਲਡ ਹੈ ਜਿਹੜੀ ਉਹ ਜਿਹੜੇ ਸਬਜ਼ ਪੱਠੇ ਨੇ ਹਰੇ ਪੱਠੇ ਨੇ ਇਹ ਨਾ ਪਾਨ ਤੇ ਫਿਰ ਵੀ ਠੀਕ ਹੈ। ਅੱਛਾ ਠੀਕ ਹੋ ਗਿਆ ਸਰ ਬਹੁਤ ਖਿਤਰ ਹੈ। ਅੱਛਾ ਸਰ ਜਿਹੜੇ ਫਾਰਮਰ ਕਹਿੰਦੇ ਨੇ ਕਿ ਇਸ ਕੰਮ ਦੇ ਵਿੱਚ ਬਹੁਤ ਨੁਕਸਾਨ ਹੈ। ਜੀ। ਉਹਨਾਂ ਵਾਸਤੇ ਕੋਈ ਸਿਰਫ ਫਾਇਦਾ ਨੁਕਸਾਨ ਕੋਈ ਵੀ ਫੀਲਡ ਹੈ ਜਿਹੜੀ ਉਹਦੇ ਵਿੱਚ ਫਾਇਦਾ ਨੁਕਸਾਨ ਹੈ ਜਿਹੜਾ ਉਹ ਜ਼ਰੂਰੀ ਹੈ ਹੈ। ਤੁਹਾਡੀ ਕਿਸਮਤ ਤੇ ਵੀ ਡਿਪੈਂਡ ਕਰਦਾ ਹੈ ਕੋਈ ਤੁਹਾਡੀ ਮਿਹਨਤ ਤੇ ਡਿਪੈਂਡ ਕਰਦਾ ਹੈ ਸਭ ਤੋਂ ਮੇਨ ਚੀਜ਼ ਹੈ ਕਿ ਤੁਸੀਂ ਕਿੰਨੀ ਕੋ ਮਿਹਨਤ ਕਰ ਰਹੇ ਹੋ ਅਗਰ ਤੁਸੀਂ ਮਿਹਨਤ ਹੀ ਨਹੀਂ ਹੋ ਕਰਦੇ ਖੁਦ ਧਿਆਨ ਹੀ ਨਹੀਂ ਹੋ ਕਰਦੇ ਹੈ ਆਪਣੇ ਡੇਰੀ ਦਾ ਆਪਣੇ ਫਾਰਮ ਦਾ ਤੇ ਫਿਰ ਲਾਜ਼ਮ ਹੈ ਨੁਕਸਾਨ ਤੇ ਹੁੰਦਾ ਹੈ ਸਾਨੂੰ ਵੀ ਹੁੰਦਾ ਹੈ ਅਗਰ ਅਸੀਂ ਇਹਦੇ ਤੇ ਤਵਜੂ ਨਹੀਂ ਆਦੀਏ ਅੱਛਾ ਸਰ ਮੈਂ ਦੇਖਿਆ ਮਾਸ਼ਾਅੱਲਾ ਤੁਹਾਡਾ ਸ਼ੌਕ ਤੁਸੀਂ ਡੇਰੀ ਦੇ ਨਾਲ ਉੱਪਰ ਕਬੂਤਰ ਵਗੈਰਾ ਵੀ ਰੱਖੇ ਨਾ ਨਾਲ ਮੈਂ ਦੇਖਿਆ ਸੀਲ ਮੁਰਗੇ ਵੀ ਰੱਖੇ ਹੈ ਨਾ ਜੀ ਤੇ ਮਾਸ਼ਾਅੱਲਾ ਕਾਫੀ ਤੁਹਾਡਾ ਸ਼ੌਕ ਮੈਨੂੰ ਪਸੰਦ ਆਈ ਸੁਣੋ ਅੱਛਾ ਲੱਗਿਆ ਮਨ ਨੂੰ ਇਹ ਦੇਖ ਕੇ ਜੀ ਤੇ ਇਹ ਕਬੂਤਰ ਦਾ ਤੁਹਾਨੂੰ ਸ਼ੌਕ ਕਿਸ ਤਰ੍ਹਾਂ ਪੈਦਾ ਹੋਇਆ ਹੈ ਸਰ ਇਹ ਕਬੂਤਰ ਦਾ ਸ਼ੌਕ ਕਜ਼ਨ ਹੈ ਮੇਰਾ ਉਹ ਵੀ ਸ਼ੌਕ ਹੈ ਤੇ ਉਹਦੀ ਵਜ੍ਹਾ ਤੋਂ ਹੀ ਮਨ ਨੂੰ ਵੀ ਥੋੜਾ ਸ਼ੌਕ ਪੈ ਗਿਆ ਹੈ ਇਹ ਇਹ ਸੀਲ ਮੁਰਗਿਆਂ ਦਾ ਇਹ ਵੀ ਕਜ਼ਨ ਨੇ ਰੱਖੇ ਹੋਏ ਨੇ ਇੱਥੇ ਡੇਰੇ ਤੇ ਚਾਚੂ ਦਾ ਬੇਟਾ ਹੈ ਸਹੀ ਹੈ ਜੀ ਤੇ ਉਹਨੂੰ ਸ਼ੌਕੇ ਨਾਲ ਮਨ ਨੂੰ ਵੀ ਪੈ ਗਿਆ ਹੈ ਇਹਨਾਂ ਦਾ ਅੱਛਾ ਸਰ ਲਾਸਟ ਦੇ ਵਿੱਚ ਇੱਕ ਚੀਜ਼ ਪੁੱਛਾਂਗਾ ਜਿਹੜੇ ਫਾਰਮਰ ਜਿਹੜੇ ਆਲਰੇਡੀ ਇਹ ਬੰਦੇ ਕੰਮ ਕਰ ਰਹੇ ਹਨ ਉਹਨਾਂ ਦੇ ਵਾਸਤੇ ਕੋਈ ਅੱਛੀ ਜੀ ਗੱਲ ਅੱਛਾ ਸਾ ਮਸ਼ਵਰਾ ਸਰ ਫੀਲਡ ਬਹੁਤ ਅੱਛੀ ਹੈ ਜੋ ਕਰ ਰਹੇ ਨੇ ਉਹ ਤੇ ਸਮਝ ਦੇ ਨੇ ਤੇ ਜੋ ਨਵੇਂ ਕਰ ਰਹੇ ਹਨ ਉਹਨਾਂ ਵਾਸਤੇ ਫੀਲਡ ਬਹੁਤ ਅੱਛੀ ਹੈ ਆਪਣਾ ਕੰਮ ਹੈ अपने मुल्क रह के प्रॉफिट वाला काम है लेकिन थोड़ा जो है कि तवज्जो जरूरी है और थोड़ा हार्ड वर्क है दूसरे किसी भी मुल्क भी जाके असी मैं खुद बार रह के आया मैं देखा कि बहुत हार्ड वर्क है जोड़ा असी करने दूसरे मुल्क जाके लेकिन अपने मुल्क रह के हार्ड वर्क है जो करना पसंद नहीं करते ਅੱਛਾ ਸਰ ਮੈਂ ਦੇ ਵਿੱਚ ਜ਼ਿਆਦਾ ਫਾਇਦਾ ਹੈ ਜਾਂ ਗਾਂ ਦੇ ਵਿੱਚ ਜ਼ਿਆਦਾ ਫਾਇਦਾ ਹੈ ਇਹ ਨੂੰ ਥੋੜਾ ਜਿਹਾ ਮੇਨਟੇਨ ਕਰ ਸਰ ਗਾਏ ਵਿੱਚ ਮੇਰੇ ਜ਼ਿਹਨ ਦੇ ਮੁਤਾਬਿਕ ਗਾਏ ਜਿਹੜੀ ਉਹਦੇ ਵਿੱਚ ਜ਼ਿਆਦਾ ਫਾਇਦਾ ਹੈ ਲੇਕਿਨ ਡਿਪੈਂਡ ਕਰਦਾ ਹੈ ਕਿ ਤੁਸੀਂ ਜਿਸ ਏਰੀਆ 'ਚ ਰਹਿ ਰਹੇ ਹੋ ਉੱਥੇ ਗਾਏ ਦਾ ਦੁੱਧ ਪਸੰਦ ਕੀਤਾ ਜਾਂਦਾ ਹੈ ਜਾਂ ਨਹੀਂ ਕੀਤਾ ਜਾਂਦਾ ਸਹੀ ਅੱਛਾ ਸਰ ਤੁਹਾਡੇ ਇਲਾਕੇ 'ਚ ਕਿਸ ਚੀਜ਼ ਦਾ ਦੁੱਧ ਜ਼ਿਆਦਾ ਪਸੰਦ ਕੀਤਾ ਜਾਂਦਾ ਸਾਡੇ ਇਲਾਕੇ 'ਚ ਜ਼ਿਆਦਾ ਮੱਝਾਂ ਦਾ ਦੁੱਧ ਜਿਹੜਾ ਪਸੰਦ ਕੀਤਾ ਜਾਂਦਾ ਅੱਛਾ ਸਰ ਬਹੁਤ-ਬਹੁਤ ਸ਼ੁਕਰੀਆ ਆਪਣਾ ਕੀਮਤੀ ਟਾਈਮ ਦੇਣ